ਗਲੇ 'ਚ ਖਿਲਰੀਆਂ ਹੋਈਆਂ ਇੱਟਾਂ, ਭੰਨੀਆਂ ਹੋਈਆਂ ਚੀਜ਼ਾਂ। ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ 20 ਦੇ ਕਰੀਬ ਬਦਮਾਸ਼ਾਂ ਨੇ ਵੜ ਕੇ ਪੂਰੇ ਪਰਿਵਾਰ ਦੀ ਕੁੱਟਮਾਰ ਕੀਤੀ ਹੈ। ਇੱਥੋਂ ਤੱਕ ਕਿ ਘਰ ਦੀ ਕੱਲੀ ਕੱਲੀ ਚੀਜ਼ ਤੱਕ ਭੰਨ ਗਏ ਨੇ, ਘਰ 'ਚ ਖੜੇ ਪਸ਼ੂਆਂ ਤੱਕ ਨੂੰ ਸੱਟਾਂ ਮਾਰ ਗਏ ਨੇ। ਜੀ ਹਾਂ, ਰੰਜਿਸ਼ ਰੱਖਦਿਆਂ ਇੱਥੇ ਕੁੱਝ ਵਿਅਕਤੀਆਂ ਦੇ ਵੱਲੋਂ ਇਸ ਘਰ ਦੇ ਉੱਤੇ ਹਮਲਾ ਕੀਤਾ ਗਿਆ ਹੈ। ਘਰ ਦੇ ਅੰਦਰ ਦਾਖਲ ਹੋਏ ਨੇ 20 ਦੇ ਕਰੀਬ ਬਦਮਾਸ਼, ਦੱਸੇ ਜਾ ਰਹੇ ਨੇ ਜੋ ਹਥਿਆਰਬੰਦ ਸਨ, ਹੱਥਾਂ 'ਚ ਹਥਿਆਰ ਲੈ ਕੇ ਰਾਤ ਵੇਲੇ ਘਰ 'ਚ ਵੜਦੇ ਨੇ ਤੇ ਪੂਰੇ ਪਰਿਵਾਰ ਦੀ ਕੁੱਟਮਾਰ ਕਰ ਦਿੰਦੇ ਨੇ। ਜ਼ਖਮੀ ਪਰਿਵਾਰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ। ਮਾਮਲਾ ਫਰੀਦਕੋਟ ਦੇ ਪਿੰਡ ਬੇਗੂਵਾਲਾ ਦਾ ਹੈ, ਜਿੱਥੇ ਰਾਤ ਵੇਲੇ ਪਰਿਵਾਰ ਖਾਣਾ ਖਾ ਰਿਹਾ ਸੀ ਤੇ ਖਾਣਾ ਖਾਂਦੇ ਦੌਰਾਨ ਹੀ 20 ਦੇ ਕਰੀਬ ਹਥਿਆਰਬੰਦ ਬਦਮਾਸ਼ ਉਹਨਾਂ ਦੇ ਘਰ 'ਚ ਦਾਖਲ ਹੁੰਦੇ ਨੇ ਅਤੇ ਬਿਨਾਂ ਕੋਈ ਗੱਲ ਕਹੇ ਪੂਰੇ ਪਰਿਵਾਰ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਨੇ, ਹਥਿਆਰਾਂ ਦੇ ਨਾਲ ਹਮਲਾ ਕਰਦੇ ਨੇ। ਇੱਕ ਨੌਜਵਾਨ ਦੇ ਤਾਂ ਸਿਰ 'ਚ ਡੂੰਘੀਆਂ ਸੱਟਾਂ ਵੀ ਮਾਰ ਦਿੰਦੇ ਨੇ। ਇੱਥੋਂ ਤੱਕ ਕਿ ਪਰਿਵਾਰ ਦੀ ਕੁੱਟਮਾਰ ਕਰਕੇ ਵੀ ਉਹਨਾਂ ਦਾ ਮਨ ਨਹੀਂ ਭਰਦਾ ਤਾਂ ਇਹ ਘਰ ਦੀ ਕੱਲੀ ਕੱਲੀ ਚੀਜ਼, ਚਾਹੇ ਉਹ ਮੰਜਾ ਹੈ, ਮੋਟਰਸਾਈਕਲ ਹੈ, ਕਣਕ ਵਾਲਾ ਡਰੰਮ ਹੈ ਜਾਂ ਘਰ ਦੀ ਕੋਈ ਕੰਧ ਹੈ, ਹਰ ਚੀਜ਼ ਭੰਨ ਜਾਂਦੇ ਨੇ। ਇੱਥੋਂ ਤੱਕ ਕਿ ਜੋ ਘਰ ਦੇ ਵਿੱਚ ਪਸ਼ੂ ਰੱਖੇ ਹੁੰਦੇ ਨੇ ਉਹਨਾਂ ਨੂੰ ਵੀ ਸੱਟਾਂ ਮਾਰ ਜਾਂਦੇ ਨੇ। ਜਿਸ ਤੋਂ ਬਾਅਦ ਇਸ ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਸੱਟ ਲਿਆ, ਉਹਦੇ ਵੱਜ ਗਈ ਬਾਜੀ ਸੱਟ, ਵੱਜ ਗਈ, ਉਹ ਮੁੰਡਾ ਡਿੱਗ ਗਿਆ ਥੱਲੇ, ਉੱਤੋਂ ਦੋ ਡਾਂਗਾਂ ਮਾਰੀ ਗਏ, ਸਿਰ ਉਹਦਾ ਸਾਰਾ ਪਾੜਤਾ, ਡਾਂਗਾਂ ਮਾਰ ਮਾਰ ਕੇ ਮੋਰ ਉਹਦੇ ਭੰਨਤੇ ਸਾਰਾ ਕੁਛ, ਮੁੜ ਕੇ ਨਹੀਂ, ਉਹਦੇ ਡੈਡੀ ਸੀਗਾ, ਉਹਦੇ ਡੈਡੀ ਦੇ ਮਾਰੇ ਉਹਨੇ, ਉਹਦੇ ਡੈਡੀ ਡਿੱਗ ਗਿਆ। ਫਿਰ ਵਿਚਾਰਾ ਲੰਗਾ ਜਿਹਾ ਮੁੰਡਾ ਹੈਗਾ ਇੱਕ, ਆਹ ਨਹੀਂ ਉਹਦੇ ਲੱਕ ਨਹੀਂ ਕੰਮ ਕਰਦਾ ਉਹਦਾ, ਅਤੇ ਉਹ ਮੋਢੇ 'ਤੇ ਚੱਕ ਕੇ ਉਹ ਲੈ ਕੇ ਆਇਆ ਉਹਨੂੰ, ਉਹਦੇ ਡੈਡੀ ਨੂੰ ਘੜੀਸ ਕੇ ਇੱਥੇ ਮੋਢੇ 'ਤੇ ਐਂ ਆਇਆ, ਬਸ ਕੋਡਾ ਕੋਡਾ ਆ ਕੇ ਉਹਨੇ ਵਿਚਾਰੇ ਨੇ ਫਿਰ ਇੱਥੇ ਸਿੱਟਿਆ। ਉਹਨੇ ਨੂੰ ਇੱਟਾਂ ਰੋੜੇ ਇੰਨੇ ਚੱਲੇ ਮੇਰੇ ਘਰ, ਮੱਝਾਂ ਦਾ ਮੇਰੀਆਂ ਦਾ ਬੁਰਾ ਹਾਲ ਹੈ, ਭਾਰ ਪਈ ਜਾਂਦਾ, ਸੂਣ ਵਾਲੀਆਂ ਮੱਝਾਂ ਦਿਨਾਂ 'ਤੇ ਹੈਗੀਆਂ ਮੇਰੀਆਂ ਮੱਝਾਂ, ਉਹਨਾਂ ਦੇ ਵੀ ਮਾਰੀਆਂ, ਹਾਂ ਮੱਝਾਂ ਦੇ ਮਾਰੀਆਂ, ਉਹ ਬੰਨੀਆਂ ਪਈਆਂ, ਜਾ ਕੇ ਵੇਖ ਸਕਦੇ ਆ। ਮੋਟਰਸਾਈਕਲ ਵਗੈਰਾ ਸਮਾਨ ਵੀ ਭੰਨਿਆ ਕਰਦਾ, ਮੋਟਰਸਾਈਕਲ ਦਾ ਇੱਧਰ ਦੀ ਆ ਕੇ ਮਗਰੂ ਭੰਨਿਆ ਉਹਨਾਂ ਨੇ, ਪਹਿਲਾਂ ਐਟਰੋੜਾ ਮੇਰੇ ਘਰੇ ਚਲਾਇਆ ਉਹਨਾਂ ਨੇ, ਕੂਲਰ ਮੇਰਾ ਭੰਨਿਆ, ਉਹ ਵਿੱਚ ਸਾਰਾ ਚਾਦਰਾ ਸਾਰਾ। ਕੀ ਮੰਗ ਕੀ ਕਰਦੇ ਹੋ ਤੁਸੀਂ? ਹਾਂ ਕੀ ਮੰਗ ਕਰਦੇ ਹੋ ਤੁਸੀਂ? ਮੰਗ ਸਾਡੀਆਂ, ਮੇਰਾ ਬਈ ਆਹ ਜੁਰਮਾਨਾ ਮੇਰਾ ਸਾਰਾ ਭਰ ਦੇਣ, ਮੱਝਾਂ ਦੇ ਮੇਰੀਆਂ ਸੱਟਾਂ ਵੱਜੀਆਂ, ਮੱਝਾਂ ਨੂੰ ਉਹ ਇਲਾਜ ਕਰਾਉਣ ਮੇਰੀਆਂ ਦਾ। ਕੌਣ ਸੀਗੀ ਉਹ? ਹਾਂ ਉਹ ਹੈਗੀ ਮੇਰੀ ਇਹ ਭੈਣ, ਮੇਰੀ ਭੈਣ ਹੈ, ਗਾਂ ਉਹਦਾ ਚਾਚੇ ਦਾ ਮੁੰਡਾ ਜਿਹਦੇ ਨਾਲ ਰੌਲਾ, ਆਪਾਂ ਸਹੀ ਗੱਲ ਆਖਾਂਗੇ, ਹਾਂ ਤੇ ਉਹਨਾਂ ਨਾਲ ਇਹਨਾਂ ਦਾ ਰੌਲਾ ਸੀਗਾ, ਸਾਡਾ ਵੀ ਕੋਈ ਰੌਲਾ ਨਹੀਂ, ਨਾ ਅਸੀਂ ਲੜਾਈ 'ਚ ਗਏ ਨਾ ਅਸੀਂ ਆਏ, ਤੇ ਸਾਡਾ ਤਾਂ ਸਾਖਾ ਮਖਾਈ ਉਹਨਾਂ ਨੇ ਸਾਰਾ ਮੇਰਾ ਨੁਕਸਾਨ ਕਰਤਾ, ਨਾ ਮੇਰਾ ਘਰ ਵਾਲਾ, ਮੇਰੇ ਤਾਂ ਇੱਕ ਪੁੱਤ ਹੈਗਾ, ਜੇ ਮੇਰੇ ਪੁੱਤ ਨੂੰ ਵੱਜ ਜਾਂਦੀ ਮਾਰ ਦਿੰਦੇ ਫਿਰ ਮੈਂ ਕੀ ਕਰਦੀ, ਅਸੀਂ ਤਾਂ ਰੰਡੀਆਂ ਬਣ ਜਾਣੀਆਂ ਸੀ ਮਾਵਾਂ ਧੀਆਂ। ਮਤਲਬ ਜਿਹੜੇ ਰਾਤ ਨੌਜਵਾਨ ਜਿਹੜੇ ਤੁਸੀਂ ਦੱਸ ਰਹੇ ਆਏ ਸੀਗੇ, ਜਾਣਦੇ ਪਹਿਚਾਣਦੇ ਉਹਨਾਂ ਨੂੰ ਕੌਣ ਸੀ? ਉਹਨਾਂ 'ਚ ਕੋਈ ਬੰਦੇ ਕੁਛ ਜਾਣਦੇ ਸੀਗੇ? ਇਹ ਜੁੱਪੇ ਹੁਣ ਤੂੰ ਨਾਲ ਲੈ, ਉਹ ਜਸਮੇਲ ਹੈਗਾ, ਇੱਕ ਦਾ ਜਸਮੇਲ ਹੈ, ਨਾ ਇੱਕ ਦਾ ਹੈਗਾ ਗੁਰਪ੍ਰੀਤ ਤੇ ਦਲੇਰ ਤੇ ਆਹ, ਠੀਕ ਹੈ। ਮੇਰਾ ਨਾਮ ਫੌਜੀ ਸਿੰਘ ਹੈ ਜੀ, ਸਾਨੂੰ ਕਰਮਜੀਤ ਸਿੰਘ। ਕੀ ਗੱਲਬਾਤ ਹੋਈ ਤੁਹਾਡੇ ਨਾਲ? ਹੋਣੀ ਜੀ, ਰਾਤ ਅਸੀਂ ਇੱਥੇ ਬੈਠੇ ਰੋਟੀ ਖਾਈ ਜਾਂਦੇ ਸੀਗੇ ਤੇ 40-50 ਕੁਛ ਇੱਧਰੋਂ ਬੰਦੇ ਆਏ ਤੇ ਕੁਛ ਇੱਧਰੋਂ ਬੰਦੇ ਆਏ, ਮੇਰੇ ਭਰਾ ਦੇ ਸਾਡੇ ਸਾਰਿਆਂ ਦੇ ਸੱਟਾਂ ਮਾਰ ਗਏ ਜੀ। ਹਾਂਜੀ, ਕਿੰਨੇ ਕੁ ਸੱਟਾਂ ਮਾਰੀਆਂ ਤੇਰੇ ਭਰਾ ਦੇ? ਸੱਟਾਂ ਜੀ ਮੇਰੇ ਕੋਲ ਸਾਰੀ ਵੀਡੀਓ ਵੀਡੀਓ ਹੈਗੀ ਆ ਜੀ, ਸਿਰ 'ਚ ਸੱਟਾਂ ਲੱਗੀਆਂ ਜੀ ਉਹਦੇ, ਤਿੰਨ ਥਾਂ ਦੇ ਸਿਰ ਉਹ ਕੀਤਾ ਉਹਦੇ,
ਤਿੰਨ ਥਾਂ ਸੱਟ ਤੇ ਮੇਰੇ ਡੈਡੀ ਦੇ ਇੱਥੇ ਵੱਜੀ ਹੋਈ ਜੀ। ਕਾਰਨ ਕੀ ਸੀਗਾ? ਪੁਰਾਣੀ ਰੰਜ ਪੁਰਾਣੀ ਰੰਜ ਦਾ ਨਿਬੜਿਆ ਹੋਇਆ ਸੀ ਸਾਰਾ, ਰਾਜੀਨਾਮਾ ਹੋਇਆ ਹੋਇਆ ਸੀ। ਬਾਕੀ ਸੀਗੇ ਬਾਹਰ ਦੇ ਬੰਦੇ ਜੀ, ਕਮ ਸੇ ਕਮ ਹੋਣਗੇ 40-50 ਹੋਣਗੇ। ਤੇ ਹੁਣ ਜ਼ਖਮੀ ਕੀ ਹੋਇਆ, ਕੌਣ ਕੌਣ ਹੋਇਆ, ਕਿੰਨੇ? ਉਹ ਜੀ ਸੱਟ ਮੇਰੇ ਹੀ ਵੱਜੀ ਹੈ ਜੀ, ਮੇਰਾ ਭਰਾ ਵਾਲਾ ਸੀਰੀਅਸ ਹੈ ਜੀ, ਤੇ ਮੇਰਾ ਡੈਡੀ ਵਾਲਾ ਸੀਰੀਅਸ ਹੈ, ਮੰਮੀ ਦੇ ਪੈਰ ਤੇ ਵੱਜੀ ਹੋਈ ਹੈ। ਦਾਖਲ? ਹਾਂਜੀ ਹਾਂਜੀ, ਉਹ ਦਾਖਲ ਵੱਡੇ ਮੈਡੀਕਲ ਵਿੱਚ ਦਾਖਲਾ ਫਰੀਦਕੋਟ। ਪੁਲਿਸ ਆਈ ਹੈ? ਪੁਲਿਸ ਜੀ ਰਾਤ ਆਈ ਸੀ, ਉਹ ਸਾਡੇ ਤੇ ਆ ਕੇ ਦਬਕੇ ਮਾਰਨ ਲੱਗ ਪਈ, ਇੱਥੇ ਵੀ ਆਏ ਆ ਜੋ ਤੁਸੀਂ ਲੜਦੇ ਆ। ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਜੀ ਸਾਡੇ ਤੇ। ਇਹ ਘਟਨਾ ਕਿੰਨੇ ਵਜੇ ਦੀ ਸੀਗੀ ਤੇ ਪੁਲਿਸ ਕਿੰਨੇ ਵਜੇ ਆਈ ਹੈ? ਘਟਨਾ ਸੀਗੀ ਇਹ 9 ਵਜੇ ਦੀ। ਅੱਛਾ ਜੀ। 8:40 9 ਵਜੇ ਦੀ ਸੀਗੀ ਜੀ, ਤੇ ਪੁਲਿਸ ਆਈ 11:30 ਪੀਤੀ ਸ਼ਰਾਬੀ ਤੁਸੀਂ? ਦਾਰੂ ਪੀਤੀ ਹੋਣੀ ਜਿਹੜਾ ਪਿਆ ਕੇ ਲੈ ਕੇ ਆਇਆ ਜੀ ਮੁੰਡਾ ਜੀ। ਕੀ ਮੰਗ ਕੀ ਕਰਦੇ ਤੁਸੀਂ? ਅਸੀਂ ਮੰਗਿਆ ਸਾਡੇ ਸਾਨੂੰ ਇਨਸਾਫ ਮਿਲੇ ਜੀ, ਵੀ ਕੀ ਸਾਡਾ ਜਿਹੜਾ ਨੁਕਸਾਨ ਕੀਤਾ ਉਹ ਮਿਲੇ ਸਾਨੂੰ, ਜਿਹੜਾ ਸਾਡੇ ਤੇ ਜਿਹੜਾ ਸੱਟ ਮਾਰੀ ਉਹਦਾ ਵੀ ਸਾਨੂੰ ਇਨਸਾਫ ਮਿਲੇ, ਵੀ ਕਿਉਂ ਮਾਰੀ ਹੈ, ਵੀ ਕੀ ਗੱਲ, ਵੀ ਇੰਨੇ ਬੰਦੇ ਕਰੇ ਆ ਗਏ। ਇਹ ਮੁਲਾਜ਼ਮ ਕਿੱਥੋਂ ਦੇ ਆਏ ਸੀਗੇ, ਕਿਹੜਾ ਏਰੀਆ, ਕਿਹੜੇ ਥਾਣੇ ਦਾ ਪੈਂਦਾ ਤੁਹਾਨੂੰ? ਸਾਨੂੰ ਗੋਲੇ ਵਾਲੀ ਚੌਂਕੀ ਪੈਂਦੀ ਹੈ। ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ, ਹੋਈ ਕੋਈ ਗੱਲਬਾਤ? ਨਹੀਂ ਕੋਈ ਵੀ ਨਹੀਂ ਹੈ, ਕੋਈ ਵੀ ਨਹੀਂ ਹੈ ਜੀ। ਇੱਥੇ ਰਾਤ ਹੀ ਆਏ ਸੀਗੇ, ਉਹਦੇ ਬਾਅਦ ਅਸੀਂ ਆਪਦੇ ਭਰਾ ਨੂੰ ਦਾਖਲ ਕਰਾਉਣ ਲੈ ਗਏ ਸੀਗੇ ਬਾਈ ਦੀ ਗੱਡੀ ਤੇ, ਉਹਦੇ ਬਾਅਦ ਇੱਥੇ ਕੋਈ ਵੀ ਨਹੀਂ ਆਇਆ ਜੀ, ਕੋਈ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ। ਕੀ ਮੰਗ ਕਰਦੇ ਹੁੰਦੇ ਸੀ? ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਡੀ ਸੁਣੀ ਜਾਵੇ, ਸਾਰਾ ਸਾਡਾ ਹੱਲ ਕੀਤਾ ਜਾਵੇ, ਵੀ ਇਹ ਕੀ ਗੱਲ, ਵੀ ਇਹ ਇੰਨਾ ਨੁਕਸਾਨ ਕਰ ਗਏ, ਸਾਡੇ ਸੱਟਾਂ ਮਾਰ ਗਏ। ਇਹਨਾਂ ਜੀ ਆਪਣਾ ਚੌਂਕੀ ਜਿਹੜੀ ਗੋਲੇਵਾਲ ਪੈਂਦੀ ਆ, ਉੱਥੇ ਦੋ ਪਰਿਵਾਰਾਂ ਦੇ ਵਿੱਚ ਆਪਸ ਜਿਹੜਾ ਝਗੜਾ ਹੋਇਆ ਹੈਗਾ, ਇਹਨਾਂ ਦਾ ਕੋਈ ਆਪ ਪਹਿਲਾਂ ਦੀ ਵੀ ਪ੍ਰੋਬਲਮ ਚੱਲੀ ਜਾ ਰਹੀ ਸੀ, ਅਤੇ ਟੋੜਾ ਵਗੈਰਾ ਚੱਲਿਆ ਹੈਗਾ, ਅਤੇ ਜਿਹੜੇ ਵਿਅਕਤੀ ਕੁਛ ਇੰਜਰਡ ਹੋਏ ਆ, ਪਰ ਮਤਲਬ ਅਜੇ ਤੱਕ ਸਾਨੂੰ MLRs ਨਹੀਂ ਪ੍ਰਾਪਤ ਹੋਈਆਂ, ਇਹਦੀ ਕਾਰਵਾਈ ਚੱਲ ਰਹੀ ਹੈ। ਜਿੱਦਾਂ ਹੀ MLRs ਪ੍ਰਾਪਤ ਹੁੰਦੀਆਂ ਅਤੇ ਉਹਨਾਂ ਦੀਆਂ ਜਿਹੜੀਆਂ ਸੱਟਾਂ ਬਾਰੇ ਪਤਾ ਲਾ ਕੇ ਉਹਨਾਂ ਧਾਰਾ ਦੇ ਅਧੀਨ ਜਿਹੜੇ ਕਾਰਵਾਈ ਕਰਕੇ ਜਿਹੜੀਆਂ ਦੋਸ਼ੀ ਫੜੇ ਜਾਣਗੇ। ਸਰ ਪੀੜਿਤਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਆ ਵੀ ਪੁਲਿਸ ਵੀ ਮੌਕੇ 'ਤੇ ਬਹੁਤ ਲੇਟ ਪਹੁੰਚੀ, ਮਤਲਬ ਇਹ ਤਾਂ ਚੀਜ਼ਾਂ ਵੈਰੀਫਾਈ ਕਰਨ ਲਈ ਹੁੰਦੀਆਂ, ਜਿਸ ਤਰ੍ਹਾਂ ਮੰਨ ਲਓ ਚੌਂਕੀ ਲੱਗ ਰਹੀ ਹੈ ਗੋਲੇਵਾਲ, ਕਈ ਵਾਰ ਕੋਈ ਪਾਰਟੀ ਕੋਈ ਮੁਲਾਜ਼ਮ ਉੱਥੇ ਚੌਂਕੀ 'ਚ ਗਿਣਤੀ 'ਤੇ ਹੁੰਦੇ ਆ, ਕਈ ਵਾਰ ਪਾਰਟੀ ਕਿਸੇ ਹੋਰ ਸਾਈਡ 'ਤੇ ਗਈ ਹੁੰਦੀ ਹੈ, ਜਦੋਂ ਉੱਧਰੋਂ ਫਰੀ ਹੋ ਕੇ ਫੇਰ ਹੀ ਪਹੁੰਚਦੀ।